ਲੈ ਆ ਗਈ ਮੈਂ ਤੇ ਹਾਂਜੀ ਮੰਮੀ ਜੀ ਲਿਆਇਆ ਕਿ ਰੋਣ ਡਿਆ ਵਾ ਮੰਮੀ ਨਿਆਣਿਆਂ ਨੇ ਗਰਮੀ ਚ ਕੀ ਕਰਨਾ ਗਰਮੀ ਬੜੀ ਹੈ ਆਹੋ ਚਲ ਆ ਜਾ ਅੰਦਰ ਕਾਤੇ ਆਈ ਆ ਰਿਕਸ਼ੇ ਤੇ ਆਈ ਆ ਫਿਰ ਮੈਂ ਬੱਸ ਸਟੈਂਡ ਤੋਂ ਰਿਕਸ਼ਾ ਹੀ ਲੈ ਲਿਆ ਸੀ ਤੂੰ ਫੋਨ ਕਰ ਦਿੰਦੀ ਮੈਂ ਇਹਨੂੰ ਭੇਜ ਦਿੰਦੀ ਤਜਿੰਦਰ ਨੂੰ ਉੱਥੇ ਲੈ ਆਉਂਦਾ ਤੈਨੂੰ ਨਹੀਂ ਕੋਈ ਨਹੀਂ ਆ ਗਈ ਫਿਰ ਮੈਂ ਚਲ ਆ ਜਾ ਅੰਦਰ ਏਸੀ ਚਲਾਉਨੇ ਆ ਨਿਆਣਾ ਤੇ ਕਮੜਾ ਹੋ ਗਿਆ ਵਿਚਾਰਾ ਗਰਮੀ ਨਾਲ ਏਸੀ ਔਨ ਕਰ ਕਿੰਨੀ ਗਰਮੀ ਆ ਬਾਹਰ ਸੰਦੀਪ ਪਾਣੀ ਲੈ ਕੇ ਆ ਸਿੰਮੀ ਆ ਗਈ ਆ ਇੱਕ ਸੱਸ ਘੱਟ ਹੀ ਮੇਰੀ ਜਾਨ ਖਾਣ ਨੂੰ ਹੁਣ ਤਾਂ ਨਨਾਣ ਵੀ ਆ ਕੇ ਬਹਿ ਗਈ ਆ ਹਫ਼ਤੇ ਵਾਸਤੇ ਲੈ ਆਈ ਆਪਣਾ ਸਮਾਨ ਸਾਰਾ ਚੁੱਕ ਕੇ ਸਾਂਭੀ ਚੱਲ ਮੇਰਾ ਨਿਆਣਾ ਹੁਣ ਇਹਨੇ ਕਹਿਣਾ ਮੇਰੀ ਜਾਨ ਨੂੰ ਸਾਰੇ ਸਿਆਪੇ ਆ ਹੁਣ ਉਹਨੇ ਵੀ ਔਡਰ ਦੇ ਜਾਣਾ ਤਾਂ ਉਹਨੇ ਵੀ ਮਾਵਾਂ ਧੀਆਂ ਨੇ ਦੋਵਾਂ ਨੇ ਬਹਿ ਕੇ ਗੱਲਾਂ ਕਰੀ ਜਾਣੀਆਂ ਆਪ ਕੰਮ ਕਿਤੇ ਕਰਾਉਣਾ ਨਹੀਂ ਲੱਗੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁੱਤਾ ਸੁਖਬਾਜ ਹਾਂ ਰਾਤ ਤੇ ਰੋਂਦਾ ਆਇਆ ਹੁਣੇ ਹੀ ਸੁੱਤਾ ਅੱਛਾ ਲੈ ਭਾਬੀ ਪਾਣੀ ਤੋਂ ਬਗੈਰ ਕੁਝ ਹੋਰ ਨਹੀਂ ਹੈਗਾ ਸੀ ਪਲਾਉਣ ਨੂੰ ਪਾਣੀ ਤਾਂ ਸਾਡੇ ਘਰੇ ਵੀ ਬੜਾ ਸੰਦੀਪ ਠੰਡਾ ਲੈ ਕੇ ਨਹੀਂ ਆਇਆ ਮੁੰਡਾ ਉਹ ਦੇਣਾ ਸੀ ਤੂੰ ਪਾਣੀ ਦੇ ਦਿੱਤਾ ਉਹਨੂੰ ਉਹ ਮੰਮੀ ਗਰਮੀ ਜੋ ਆਈ ਆ ਉਹ ਗਰਮ ਲੈ ਕੇ ਆਇਆ ਮੰਮੀ ਜੀ ਤੇ ਮੈਂ ਫ੍ਰਿਜ 'ਚ ਰੱਖਿਆ ਜੇ ਰੁਕ ਜਾ 5-10 ਮਿੰਟ ਮੈਂ ਦੇ ਦਿੰਦੀ ਹਾਂ ਚਲੋ ਪੀ ਲੈਣੀ ਭਾਬੀ ਮੈਂ ਹੀ ਠੀਕ ਮੰਮੀ ਭਾਬੀ ਦਾ ਸੁਭਾਅ ਕੁਝ ਬਦਲਿਆ ਬਦਲਿਆ ਨਹੀਂ ਲੱਗਦਾ ਕਿੱਦਾਂ ਮੋੜ ਮੋੜ ਕੇ ਜਵਾਬ ਦਿੰਦੀ ਹੈ ਸਿੰਮੀ ਕੁਝ ਨਹੀਂ ਬਦਲਿਆ ਸਭ ਕੁਝ ਠੀਕ ਵਾ ਤੂੰ ਆਪਣੇ ਸਹੁਰਿਆਂ ਦਾ ਸੁਣਾ ਕਿੱਦਾਂ ਠੀਕ ਠਾਕ ਵਾ ਨਾਲੇ ਅੰਮ੍ਰਿਤਜੋਤ ਤੈਨੂੰ ਛੱਡਣ ਨਹੀਂ ਆਇਆ ਮੰਮੀ ਛੱਡਣ ਤੇ ਉਹਨਾਂ ਨੇ ਆਉਣਾ ਸੀ ਉਹਨਾਂ ਦੀ ਨਾ ਇੰਟਰਵਿਊ ਹੋਈ ਅੰਮ੍ਰਿਤਸਰ ਤੇ ਫਿਰ ਮੈਂ ਕਿਹਾ ਚੱਲ ਤੁਸੀਂ ਆਪਣੀ ਇੰਟਰਵਿਊ ਦੇ ਆਓ ਤੇ ਮੈਂ ਵੀ ਬਹੁਤਾ ਜ਼ੋਰ ਨਹੀਂ ਪਾਇਆ ਤੇ ਮੈਂ ਕਿਹਾ ਚੱਲ ਮੈਂ ਬੱਸੇ ਹੀ ਚੱਲ ਜਾਊਂਗੀ ਕਿੰਨੀ ਸਿਆਣੀ ਆ ਮੇਰੀ ਧੀ ਆਹ ਵੇਖਾਂ ਸੰਦੀਪ ਦਾ ਫੋਨ ਵੱਜਣ ਡਿਆ ਵਾ ਮੰਮੀ ਭਾਬੀ ਦੇ ਪੇਕਿਆਂ ਤੋਂ ਫੋਨ ਹੈ ਕੱਟਦਾ ਕੱਟਣਾ ਕਾਹਤੋਂ ਆ ਗੱਲ ਕਰਾ ਦੇ ਆਪਣੀ ਭਾਬੀ ਨਾਲ ਕੀ ਪਤਾ ਕੋਈ ਉਹਨਾਂ ਨੂੰ ਜ਼ਰੂਰੀ ਕੰਮ ਹੋਵੇ ਮੰਮੀ ਮੈਂ ਫੜਾਉਣ ਜਾਵਾਂ ਮੇਰੇ ਕੋਲ ਨਹੀਂ ਹੁੰਦੇ ਨੌਕਰਾਂ ਨੁਕਰਾਂ ਵਾਲੇ ਕੰਮ ਲੈ ਫੜਾ ਫੋਨ ਮੈਂ ਦੇਵਾਂ ਉਹਨੂੰ ਰਹਿਣ ਤੋਂ ਮੰਮੀ ਤੁਸੀਂ ਕਿੱਥੇ ਜਾਓਗੇ ਫੋਨ ਫੜਾਉਣ ਇੰਨੀ ਗਰਮੀ 'ਚ ਕੋਈ ਨਹੀਂ ਜਦੋਂ ਆਊਗੀ ਦੱਸ ਦਾਂਗੇ ਐਵੇਂ ਇੰਨਾ ਸਿਰ ਨਹੀਂ ਚੜਾਈਦਾ ਚੱਲ ਠੀਕ ਆ ਫਿਰ ਆਪੇ ਜਦੋਂ ਆਊਗੀ ਤਾਂ ਕਰ ਲੂਗੀ ਗੱਲ ਹੋਰ ਦੀਦੀ ਭਾਅ ਜੀ ਠੀਕ ਠਾਕ ਹਾਂ ਬਸ ਵਧੀਆ ਅੱਛਾ ਤੇ ਕੰਮ ਮਿਲ ਗਿਆ ਉਹਨਾਂ ਨੂੰ ਕੋਈ ਨਹੀਂ ਮਿਲਿਆ ਤਾਂ ਨਹੀਂ ਪਰ ਲੱਭਦੇ ਫਿਰਦੇ ਨੇ ਚਲੋ ਕੋਈ ਗੱਲ ਨਹੀਂ ਰੱਬ ਤੇ ਭਰੋਸਾ ਰੱਖੋ ਰੱਬ ਨੂੰ ਸਾਰਿਆਂ ਦੀ ਫਿਕਰ ਹੈ ਹਾਂ ਭਾਬੀ ਇਹ ਤਾਂ ਹੈ ਅੱਛਾ ਤੇ ਹੋਰ ਸੱਸ ਠੀਕ ਠਾਕ ਹੈ ਹਾਂ ਵਧੀਆ ਨੇ ਚਲੋ ਠੀਕ ਤੁਸੀਂ ਬੈਠੋ ਮੈਂ ਨਾ ਰੋਟੀ ਬਣਾ ਕੇ ਲਿਆਉਣੀ ਆ ਫਿਰ ਇਕੱਠੇ ਬਹਿ ਕੇ ਗੱਲਾਂ ਕਰਾਂਗੇ ਸੰਦੀਪ ਤੇਰੇ ਪੇਕਿਆਂ ਦਾ ਫੋਨ ਆਉਣ ਡਿਆ ਸੀਗਾ ਕਰ ਲਾ ਗੱਲ ਉਹਨਾਂ ਨਾਲ ਅੱਛਾ ਤੁਸੀਂ ਚੁੱਕ ਲੈਣਾ ਸੀ ਨਹੀਂ ਮੈਂ ਨਹੀਂ ਚੁੱਕਿਆ ਤੂੰ ਆਪੇ ਲਾ ਕੇ ਤੇ ਕਰ ਲਾ ਗੱਲ ਚਲੋ ਠੀਕ ਆ ਮੈਂ ਕਰਦੀ ਗੱਲ ਉਹਨਾਂ ਨਾਲ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਸਭ ਠੀਕ ਠਾਕ ਆ ਹਾਂਜੀ ਹਾਂਜੀ ਇੱਥੇ ਵਧੀਆ ਸਭ ਹਾਂ ਅੱਛਾ ਅੱਛਾ ਹਾਂਜੀ ਪੈ ਜਾਣੀ ਛੁੱਟੀਆਂ ਨਮਨ ਨੂੰ ਅਤੇ ਫਿਰ ਮੈਂ ਆਵਾਂਗੀ ਹੁਣ ਨਾ ਨਾਲੇ ਮੰਮੀ ਮੇਰੀ ਨਨਾਣ ਆਈ ਆ ਇਹ ਨਹੀਂ ਪਤਾ ਕਿੰਨੇ ਦਿਨ ਰਹੂਗੀ ਹੁਣ ਭਾਬੀ ਦੱਸਦੇ ਦੱਸਦੇ ਮਾਸੀ ਨੂੰ ਸਾਰਾ ਕੁਛ ਮੈਂ ਤਾਂ ਸਾਰੀਆਂ ਛੁੱਟੀਆਂ ਕੱਟ ਕੇ ਜਾਊਂਗੀ ਮੰਮੀ ਮੈਂ ਬਾਅਦ 'ਚ ਗੱਲ ਕਰਦੀ ਤੁਹਾਡੇ ਨਾਲ ਦੀਦੀ ਭਾਵੇਂ ਤੁਸੀਂ ਜੂਨ ਦੀਆਂ ਛੁੱਟੀਆਂ ਰਹੋ ਭਾਵੇਂ ਜੁਲਾਈ ਦੀਆਂ ਮੈਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੈਗਾ ਮੈਂ ਆਪ ਚੱਲੀ ਆਪਣੇ ਪੇਕੇ ਹੁਣ ਨਮਨ ਨੂੰ ਛੁੱਟੀਆਂ ਪੈ ਜਾਣੀਆਂ ਵਾ ਅੱਛਾ ਜੀ ਅੱਛਾ ਜੀ ਕੀ ਨਾਲ ਮੰਮੀ ਨੂੰ ਸੌਖ ਹੋ ਗਈ ਤੁਸੀਂ ਆ ਕੇ ਜੇ ਕੰਮ ਕਰੋਗੇ ਲਾਗੇ ਭਾਬੀ ਮੈਂ ਵੇਖਦੀ ਤੂੰ ਕਿੱਦਾਂ ਜਾਨੀ ਇੱਥੋਂ ਜਿੰਨੀ ਦੇਰ ਮੈਂ ਇੱਥੇ ਆ ਨਾ ਤੂੰ ਇੱਥੋਂ ਹਿੱਲ ਵੀ ਨਹੀਂ ਸਕਦੀ ਤੂੰ ਤਾਂ ਕੰਮ ਤੋਂ ਅੱਗੇ ਬੜੀ ਚੱਲੂ ਆ ਦੀਦੀ ਕੰਮ ਤਾਂ ਮੈਂ ਪਹਿਲਾਂ ਵੀ ਕਰ ਰਹੀ ਅਤੇ ਹੁਣ ਵੀ ਕਰਦੀ ਹਾਂ ਕੰਮ ਤਾਂ ਮੈਂ ਨਹੀਂ ਚੱਲੂ ਤੁਸੀਂ ਚੱਲੂ ਜੇ ਦੂਜੇ ਦਿਨ ਚੁੱਕ ਕੇ ਝੋਲਾ ਤਾਂ ਆ ਜਾਂਦੇ ਜੇ ਆਪਣੇ ਪੇਕੇ ਭਾਬੀ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਇਹ ਮੇਰਾ ਘਰ ਆ ਜਦੋਂ ਮੇਰਾ ਦਿਲ ਕਰੂਗਾ ਮੈਂ ਉਦੋਂ ਹੀ ਆਵਾਂਗੀ ਤੂੰ ਮੈਨੂੰ ਰੋਕ ਨਹੀਂ ਸਕਦੀ ਮੈਂ ਤੈਨੂੰ ਰੋਕ ਕੇ ਕਰਨਾ ਵੀ ਕੀ ਆ ਤੇ ਤੂੰ ਵੀ ਨਹੀਂ ਮੈਨੂੰ ਰੋਕ ਸਕਦੀ ਮੇਰਾ ਜਦੋਂ ਦਿਲ ਕਰੂਗਾ ਨਾ ਮੈਂ ਉਦੋਂ ਜਾਊਂਗੀ ਪੇਕੇ ਤੂੰ ਮੈਨੂੰ ਟਿਕਟ ਨਹੀਂ ਬੁੱਕ ਕਰਾ ਕੇ ਦੇਣੀ ਉਦਾਂ ਤਾਂ ਮੈਂ ਸੋਚਿਆ ਸੀ ਕੀ ਕਹਿਣਾ ਤੈਨੂੰ ਪਰ ਤੂੰ ਆਪ ਹੀ ਪੰਗੇ ਲੈਣੀ ਜਾਣ ਜਾਣ ਕੇ ਮੈਂ ਚੱਲੀ ਮੰਮੀ ਕੋ ਦੱਸਦੀ ਮੈਂ ਮੰਮੀ ਨੂੰ ਜਾ ਜਾ ਭਰ ਦੇ ਮੰਮੀ ਦੇ ਵੀ ਕੰਨ ਆਈ ਵੱਡੀ ਅੱਜ ਹੀ ਆਈ ਆ ਤੇ ਅੱਜ ਹੀ ਘਰ ਸੇ ਤਾਂ ਚੁੱਕ ਲਿਆ ਵਾ ਹਜੇ ਤਾਂ ਮਹੀਨਾ ਰਹਿਣਾ ਪਤਾ ਨਹੀਂ ਕੀ ਕੀ ਕਰੂਗੀ
लगता वीरा आ गया। ले आ गई सिमी भैन। और कदों दे आए? दो घंटे हो गए। अच्छा अच्छा ते भाजी नहीं आए नाल? नहीं वो कि काम गए ही। अच्छा तो इतने कली बैठी है अंदर बह जाना है कि सारे लागे? ये गल तू भाभी को पुछ, मैं लगता उन्होंने मेरे तो बड़ी प्रॉब्लम आ। भाभी प्रॉब्लम? भाभी ने यहोजा की कहता है? कि गल जी उन्हें मैनू नहीं कही। फिर भी गल तो दस, गल की कही है उन्हें की होया वा? तू मैनू ये गल दस, ये मेरा घर नहीं, ये कली भाभी का घर आ। ओहो तेरा भी घर आ, गल की हुई है? उन्हें अज मैनू अपने घर के जलील करता। जलील करता? मैं करदा भला संदीप नाल गल, गल की हुई है? कोई गल नहीं हौसला रख। संदीप। हाँ जी। वो सिमी नु की कहा तू? वो बेचारी कली बैठी रोई जान दी उ। मैं उन्होंने की कहता जरा रोई जाते हैं। तू उस गल कही है ता ही है ना, वो अज बेचारी आई है अज तू रोने लाता है। मैं उन्होंने कोई गल नहीं की, उल्टा वो मेरे गल पै गया आके। की गल हुई ही? गल तो दस, कि गल तो लड़ाई शुरू हुई है? गल कोई नहीं हुई, मम्मी का फोन आंदा ही मेरे, मैं इतने आके तो अंदर गल कर लग गई। तो वह कहें भी छुट्टियां पै गई वा, मैं नहीं हजे नहीं पी, छुट्टियां हो गई तो मैं आ जाऊंगी। अच्छा तो फिर गल सुन दे होने कितने दीदी, तो उन्होंने मैं कहा भी मैं हजे ना मेरी ननान आई है, तो अगो मम्मी कहते भी किन्ने दिन रहूगी, तो मैं कहा यह तो मैं पता नहीं किन्ने दिन रहना। तो उन्होंने सारिया गल् सुनिया ही, तो आके ला गए कहते मैं तो सारा महीना रहूंगी। फिर लड़न वाली कड़ी गल आ? तो मैं कि पता कि गल आ, हूँ अपनी भैन पुछो ना जाके, जदों की आई चेचे करी जान दी। यार एक तो नहीं पता लगता, निकी निकी गल तो लड़ाई पा के बह जाती हैं जी। अजय अज वो आई है, अजय उन्हें पता नहीं किन्ने दिन रहना वा, ऐसा कि टाइम लंघूगा? तू तो सियानी है, तू आप ही थोड़ा जहा ख्याल रखा कर चंगा। मैं हूँ कोई गल नहीं सुननी, तो बस बस मैं क्या ना कोई गल नहीं सुननी, मैं लड़ाई लड़ाई बस। जी करेले मैं कर देना ही, तो रहन दें हो गए हूँ तो। अच्छा तो मैं तुम्हें कहना आई ही कि अज ना सूट लैन जाने शाम को। चल कोई गल नहीं, लै आने तो नाले कुड़ी एक लिया देंगे, वह भी आई है हूँ इतने, तू कम कुम वेड़ ला फिर चलते हैं ठंडे हुए। चलो ठीक है मम जी, फिर शाम को चलते हैं। अच्छा आ करेले भी हो गए, लै जा इन्हों लो। मम्मी की कहन दी भाभी? कुछ नहीं, भाभी ने की कहना वा, बाजार नूं आंदी ही चलिए सूट लै आईए गर्मिया वाले। लै भाभी को तो बथेरे सूट आ, मैं अलमारी देखी सारी अलमारी तो सूटा ना भरी पई है। तो सूट तो बथेरे आ पर लेंदी रेंदी आ ना नवे, हुण कहिंदी घर पाउण वाले लियाउणे आ। चल कोई गल नहीं मम्मी, बाजार मैं ते तुसीं दोवें जाणियां जावांगीआं फिर वेखांगे। लै ओह तो सूटां दा कहन दी, मैं सूट लियाउणे आ, ओह घर रहूगी? ओदी ना मम्मी तुसीं टेंशन लो, ओह तुसीं मेरे ते छड्ड दो, ओह मैं जाणा जां मेरा कम जाणे। भाभी। हाँ जी। मैं सुनिया अज सूट लैन जाना है। जाना सूट लैन? मम्मी कहन दे शाम नूं जाने आ, मैं कहा चल गर्मी वाले लै आने आ घर पाउण वास्ते। ते सूट ते भाभी मैं भी लैना सी। अच्छा तो कोई नहीं शाम नूं इकट्ठे चल जाँगे। शामा नूं? हाँ जी। मैं कहनी हुणे चल जाने आ, सुखबाज भी सुत्ता है। हुण पर दीदी हुण ते नमन दे आउण दा टाइम होया ना, हुण किदां जा सकदे फिर आपां? अच्छा अच्छा भाभी नमन दे आउण दा टाइम होया है। हाँ चल तुसीं इदां करो, तुसीं घरे रहो, मैं ते मम्मी जा आउणे आ। नहीं नहीं दीदी मैं अपनी पसंद दा सूट लै के आउणा, मैं नहीं घर रहना हैगा। ते लै मैं अपनी पसंद दा लै आऊंगी, मेरी पसंद माड़ी है, मैं वधिया सूट लै के आऊंगी अपनी भाभी वास्ते। नहीं नहीं पसंद तो ताड़ी वधिया वा, पर मैं ना अपनी पसंद दा सूट लै के आउणे आ। लै भाभी मेरी पसंद माड़ी है, तू ते मूँह ते मेरी बेइज्जती करी जाण दी। चलो ठीक है फिर तुसीं दोनों लै आयो जाके, हुण नमन दे आउण दा टाइम होया, नहीं तो मैं नाल ही जाना ही, तो अपनी पसंद दा सूट लै के आउणा ही।
चल भाभी तुम ना इदा करो सुखबाज सुता पिया जो सुखबाज उठेगा ना उन्होंने दुध गर्म करके पिला दो। ठीक है मैं तो अगे चाहती ये न्याणे नूं मैं सांभा तो काम ही सर मैं करा। मम्मी मैं करता ही काम सारा सैट। कादा काम सैट करता तू? हूँ आप दोवें ही चलोंगे बाजार। भाभी मैं कहता वो सुखबाज में सामभ लोगी नाले नमन ने आना उन्होंने रिसीव कर लूगी तो हूँ तुम तैयार हो जाओ। मैं तो तैयार ही हाँ चलते हैं फिर। चलो ठीक है फिर मैं भाभी को माड़ी जी नेल पेंट रेड कलर की लानी है वो लैके तो मैं आ गई। फिर भाभी तुहाडे कोल रेड नेल पेंट हैगी है? हैगी है अंदर ही पई होनी है ड्रैसिंग टेबल पर तो मैं लैके दिनी हाँ। नहीं नहीं कोई ना तुम करो अपना काम मैं आपे लै लें। चल ठीक है। ले भाभी तो बड़ा महंगा समान चक्की फिरती है भी तो नेल पॉलिशा रखी फिरती है। स्ट्रेटनर ये नहीं मेरे को हैगा ये रख दी मैं ही। नेल पेंटा तो भाभी को किन्नी ही हैं इदा कर दियाँ विचों थोड़िया जी मैं रख लें ये कड़ा ड्यूटी जाती जड़िया इन्हें इनिया ला के जाना। दीदी लगी नहीं अजे तक नेल पेंट? नहीं आ पसंद आई तो मैं क्या चल आ ला लें। ये पसंद आई तो आ कल इतने रखिया ने यह तो भाभी मेरे को है नहीं सगिया तो मैं चल मैं लै लें ना तू कड़ा ड्यूटी जाना उदा भी तो इतने पुक ही जानिया ने। चल ये तो मैं मानती हाँ कि सुक जानिया पई पै भी जाओगे कोई गल नहीं तो स्ट्रेटनर यह कल ही रख लिया वा। भाभी मेरे वाला ना ये स्ट्रेटनर खराब हो गया तो चल मैं सोचा भी मैं लै जानी हाँ। पर दीदी ये तो मेरी भैन का रह गया वा वो तो मैं फोन करके कहती कि सामभ के रखी मैं जो आऊँगी लै जाऊँगी वापस। लै भाभी उन्हें लै लिया होना स्ट्रेटनर दस तेरी भैन यो स्ट्रेटनर तो बैठी है नहीं ये तो मैं लैके जाऊँगी स्ट्रेटनर। चलो ठीक है फिर लै जाओ जो तुम कह ही दिता तो हूँ मैं कि कह सकती हाँ जरा समान वेख दे महंगा चुक के लै जाते हैं मैं ढेर वास्ते रख दी हाँ।